ਮਨਪ੍ਰੀਤ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਮੰਜੇ ਤੇ ਲੰਮੇ ਪਿਆ? ਇਹਨਾਂ ਨੂੰ 5-6 ਮਹੀਨੇ ਹੋ ਗਏ। ਕਿਤਨਾ ਕਿਤੇ ਹੁਣ ਰਿਸ਼ਤੇਦਾਰ ਵੀ ਪਿੱਛੇ ਹਟ ਗਏ ਹੋਣੇ ਆ, ਜੋ ਤੁਸੀਂ ਇਕੱਠੇ ਕੀਤੇ ਸੀ, ਗ੍ਰਾਈ ਕੀਤੀ ਸੀ, ਉਹ ਸਾਰੇ ਲੱਗ ਗਏ ਆ। ਰਿਸ਼ਤੇਦਾਰ ਵੀ ਪੈਸੇ ਮੰਗਦੇ ਨੇ, ਜਿਨ੍ਹਾਂ ਦੇ ਕੋਲੋਂ ਫੜੇ ਨੇ ਉਹਨਾਂ ਨੂੰ, ਜਿਨ੍ਹਾਂ ਨੇ ਦਿੱਤੇ ਆ ਜੀ ਉਹਨਾਂ ਨੇ ਤਾਂ ਮੰਗਣੇ ਹੀ ਆ। ਬਾਬਾ ਜੀ ਅਰਦਾਸ ਕਰਦੇ ਹੋ ਡੈਡੀ ਨੂੰ ਠੀਕ ਹੋਣ ਵਾਸਤੇ? ਦਵਾਈ ਵੀ ਆਉਂਦੀ ਆ ਇਹਨਾਂ ਦੀ ਮਹੀਨੇ ਦੀ, 15 ਦਿਨਾਂ ਦੀ, ਮਹੀਨੇ ਦੀ 250-300 ਦੀ ਦਵਾਈ ਆ। ਡਾਇਲਸਿਸ ਦੇ 2-3 ਹਜ਼ਾਰ ਰੁਪਈਆ ਮੇਰਾ ਲੱਗ ਜਾਂਦਾ। ਕਿਸਮਤ ਨੂੰ ਕੀ ਖੋਸਣਾ ਭਾਅ ਜੀ, ਜੋ ਮੈਂ ਤਾਂ ਇੱਕ ਇੰਨੀ ਮਹਾਰਾਜ, ਬਸ ਠੀਕ ਹੀ ਆ, ਕਿਸਮਤ ਵਧੀਆ ਹੀ ਆ, ਬਸ ਇਹਨੂੰ ਠੀਕ ਕਰ ਦੇ ਇਹਨਾਂ ਨੂੰ ਕਿਸੇ ਤਰ੍ਹਾਂ। ਜਾਂਦੇ ਹੋ ਘਰ ਦਾ ਕੰਮ ਕਰਦੇ ਹੋ, ਕਿੰਨੇ ਕੁ ਪੈਸੇ ਕਮਾ ਲੈਂਦੇ ਹੋ ਘਰ ਦੇ ਕੰਮ? 1500 ਰੁਪਈਆ ਇੱਕ ਘਰ ਦਿੰਦਾ, ਮੇਰੇ ਕੋਲ ਦੋਵਾਂ ਘਰਾਂ ਦਾ ਹੀ ਕੰਮ ਹੁੰਦਾ, ਕਿਉਂਕਿ ਮੈਂ ਇਹਨਾਂ ਨੂੰ ਵੀ ਵੇਖਣਾ ਆ, ਘਰ ਆ ਛੋਟੀ ਜਿਹੀ ਗੁਡੀਆ, ਇਹ ਵੀ ਨਾਲ ਖੜਨੀ ਪੈਂਦੀ ਹੈ। ਪੈਨ ਕੀ ਨੰਬਰ ਕੀ ਫੋਨ ਨੰਬਰ ਤੇ? 82-38-44-5-81। ਜਦੋਂ ਘਰ ਵਿੱਚ ਗਰੀਬੀ ਹੋਵੇ ਅਤੇ ਉੱਪਰੋਂ ਕੋਈ ਬਿਮਾਰੀ ਘਰ ਵਿੱਚ ਪੈ ਜਾਂਦੀ ਹੈ ਤਾਂ ਘਰ ਦਾ ਉਸ ਘਰ ਦਾ ਤਾਂ ਰੱਬ ਹੀ ਰਾਖਾ ਹੁੰਦਾ, ਕਿਉਂਕਿ ਬਿਮਾਰੀ ਨੇ ਵੱਡੇ ਵੱਡੇ ਘਰ ਵਿਕਵਾ ਅਤੇ ਵੱਡੇ ਵੱਡੇ ਜਿਹੜੇ ਕਹਿੰਦੇ ਕਵਾਉਂਦੇ ਬੰਦੇ ਨੂੰ ਥੱਲੇ ਲਾ ਤਾ। ਸੋ ਇੱਕ ਐਸਾ ਹੀ ਪਰਿਵਾਰ ਹੈ ਜੋ ਗਰੀਬੀ ਤਾਂ ਹੰਢਾ ਰਹੇ ਸੀ, ਨਾਲ ਹੀ ਉਹਨੂੰ ਬਿਮਾਰੀ ਨੇ ਵੀ ਚਪੇਟ 'ਚ ਲੈ ਲਿਆ। ਸੋ ਗਰੀਬ ਪਰਿਵਾਰ ਦਿਹਾੜੀ ਕਰਕੇ ਕਮਾਉਂਦਾ ਸੀ ਅਤੇ ਹੁਣ ਬਿਮਾਰੀ ਪੱਲੇ ਪੈ ਗਈ ਹੈ, ਦੋਵੇਂ ਕਿਡਨੀਆਂ ਜਿਹੜੀਆਂ ਫੇਲ ਹੋ ਗਈਆਂ ਨੇ ਅਤੇ ਹੁਣ ਇਲਾਜ ਲਈ ਗੁਹਾਰ ਮੰਗ ਰਿਹਾ। ਸੋ ਇਕੱਲਾ ਇਕੱਲਾ ਘਰ 'ਚ ਕਮਾਉਣ ਵਾਲਾ ਉਹ ਮੁਖੀ, ਘਰ ਦਾ ਮੁਖੀ ਜਦੋਂ ਮੰਜੇ ਦੇ ਲੰਮੇ ਪੈ ਜਾਂਦਾ ਤਾਂ ਘਰ ਦੇ ਕੀ ਹਾਲਾਤ ਬਣ ਜਾਂਦੇ ਹਨ, ਕਿਉਂਕਿ ਉਹੀ ਕਮਾਉਣ ਵਾਲਾ, ਉਹੀ ਕਮਾਉਣਾ ਉਹਨੇ ਅਤੇ ਉਹੀ ਸ਼ਾਮ ਨੂੰ ਖਾਣਾ। ਤਸਵੀਰਾਂ ਇੱਕ ਵਾਰੀ ਮੈਂ ਸਾਂਝੀਆਂ ਕਰਦਾ ਉਸ ਪਰਿਵਾਰ ਦੀਆਂ, ਜੋ ਕਿ ਪਰਿਵਾਰ ਬੈਠਾ ਹੈ, ਸਿਰਫ ਗੁਹਾਰ ਲਾ ਰਿਹਾ ਮਰਦ ਦੀ ਕਿ ਜੋ ਘਰ ਦਾ ਮੁਖੀ ਆ ਉਸਦਾ ਇਲਾਜ ਹੋ ਜਾਵੇ, ਕਿਉਂਕਿ ਹੋਰ ਘਰ 'ਚ ਕਮਾਉਣ ਵਾਲਾ ਕੋਈ ਨਹੀਂ। ਸੋ ਬਿਮਾਰੀ ਵੀ ਐਸੀ ਹੈ ਕਿ ਡਾਇਲਸਿਸ ਹੁੰਦੇ ਨੇ ਅਤੇ ਡਾਇਲਸਿਸ ਦੇ ਖਰਚਾ ਵੀ ਬਹੁਤ ਆਉਂਦਾ। ਸੋ ਰਿਸ਼ਤੇਦਾਰਾਂ ਕੋਈ ਪੈਸੇ ਫੜੇ ਨੇ ਅਤੇ ਆਂਢ ਗੁਆਂਢ ਕੋ ਵੀ ਜਾਂ ਕਿਤੋਂ ਮੰਗ ਕੇ ਵੀ ਪੈਸੇ ਥੋੜ੍ਹਾ ਬਹੁਤਾ ਇਲਾਜ ਕਰਾਇਆ, ਲੇਕਿਨ ਡਾਇਲਸਿਸ ਐਸੀ ਚੀਜ਼ ਹੈ ਜੋ ਕਿ ਹਫ਼ਤੇ ਵਿੱਚ ਕਰਵਾਉਣੀ ਪੈਂਦੀ ਹੈ। ਸੋ ਛੋਟੇ ਛੋਟੇ ਮਾਸੂਮ ਬੱਚੇ ਨੇ ਜੋ ਆਪਣੇ ਪਿਓ ਵੱਲ ਵੇਖ ਰਹੇ ਨੇ ਵੀ ਕਦੋਂ ਪਿਓ ਠੀਕ ਹੋਵੇ ਅਤੇ ਅਸੀਂ ਉਹਦੇ ਨਾਲ ਘੁੰਮਣ ਫਿਰਨ ਜਾਈਏ, ਕਿਉਂਕਿ ਪਹਿਲਾਂ ਵੀ ਪਿਓ ਜੋ ਹੈ ਆਪਣੇ ਬੱਚਿਆਂ ਨੂੰ ਘੁੰਮਾਉਣ ਫੋਣ ਖੜਦਾ ਸੀਗਾ, ਲੇਕਿਨ ਹੁਣ ਕਾਫੀ ਚਿਰ ਹੋ ਗਿਆ ਜੋ ਪਿਓ ਮੰਜੇ 'ਤੇ ਲੰਮੇ ਪਿਆ ਅਤੇ ਪੁੱਤ ਜੋ ਕਿ ਛੋਟੇ ਛੋਟੇ ਨੇ ਆਪਣੇ ਪਿਓ ਵੱਲ ਦੇਖ ਰਹੇ ਨੇ। ਸੋ ਗੱਲਬਾਤ ਵੀ ਕਰਾਂਗੇ ਉਸ ਵੀਰ ਨਾਲ ਕਿ ਕਿੰਨਾ ਚਿਰ ਹੋ ਗਿਆ ਇਸ ਬਿਮਾਰੀ ਨੂੰ ਅਤੇ ਕਿੱਦਾਂ ਦੇ ਹਾਲਾਤ ਨੇ ਉਸ ਘਰ ਦੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ? ਦਲਜੀਤ ਸਿੰਘ ਜੀ। ਇਹ ਦਲਜੀਤ ਸਿੰਘ ਜੀ, ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਇਸ ਬਿਮਾਰੀ ਨਾਲ ਲੜਦੇ ਜੀ? 5-4 ਮਹੀਨੇ ਹੋ ਗਏ ਜੀ। ਹਾਂਜੀ। ਕੀ ਹੋਇਆ ਕੀ ਹੈ ਜੀ? ਗੁਰਦੇ ਦੋਵੇਂ ਫੇਲ ਹੋ ਗਏ ਜੀ। ਡਾਕਟਰ ਕੀ ਕਹਿੰਦੇ, ਕਿੰਨੇ ਕੁ ਪੈਸੇ ਲੱਗਣੇ ਆ, ਕੀ ਹੁਣ ਸਭ? ਪੈਸੇ ਤਾਂ ਉਦੋਂ ਦੇ ਜੀ ਲੱਗਣ ਹੀ ਰਹੇ ਆ ਜੀ ਜਦੋਂ ਦੇ ਵੀ ਹੋਏ ਆ, ਬਾਕੀ ਡਾਕਟਰਾਂ ਨੇ ਤਾਂ ਤੁਹਾਨੂੰ ਪਤਾ ਕੀ ਕਹਿਣਾ, ਇਲਾਜ ਚੱਲਣ ਰਿਹਾ ਜੀ। ਕਿੱਦਾਂ ਦੇ ਹਾਲਾਤ ਨੇ ਘਰ ਦੇ, ਕਿਉਂਕਿ ਤੁਸੀਂ ਕਮਾਉਣ ਵਾਲੇ ਹੋ, ਤੁਸੀਂ ਮੰਜੇ 'ਤੇ ਪੈ ਗਏ ਹੋ, ਘਰ ਦਾ ਖਰਚਾ ਕਿੱਦਾਂ ਚੱਲਦਾ ਹੈ, ਕਿ ਤੁਹਾਡੇ ਡਾਇਲਸਿਸ ਦੇ ਜਾਂ ਦਵਾਈਆਂ ਦੇ ਪੈਸੇ ਕਿੱਥੋਂ ਆਉਂਦੇ ਨੇ ਹੁਣ, ਕਿਉਂ ਕਮਾਉਣ ਵਾਲੇ ਤੁਸੀਂ ਹੋ? ਹਾਂਜੀ, ਪਹਿਲੋਂ ਤਾਂ ਰਿਸ਼ਤੇਦਾਰਾਂ ਨੇ ਬੜੀ ਮਦਦ ਕੀਤੀ, ਪਿੰਡ ਵਾਲਿਆਂ ਨੇ ਵੀ ਬਹੁਤ ਮਦਦ ਕੀਤੀ ਜੀ, ਬਾਕੀ ਆਪਣੇ ਪਿੰਡੋਂ ਵੀ ਗਰਾਈ ਬੜੀ ਹੋਈ ਸੀ ਅਤੇ ਬਾਕੀ ਇੱਦਾਂ ਰਿਸ਼ਤੇਦਾਰਾਂ ਕੋਲ ਫੜੇ ਫੁੜੇ ਪੈਸੇ ਕੁਝ ਤਾਂਗਿਆਂ ਨੇ ਪਾਇਆ ਅਤੇ ਉਹਦੇ ਨਾਲ ਆਪਣੇ ਘਰ ਦਾ ਸਰਕਲ ਅਤੇ ਦਵਾਈ ਦਾ ਵੀ ਚਲਾਇਆ। ਲੇਕਿਨ ਕਿਤੇ ਨਾ ਕਿਤੇ ਹੁਣ ਰਿਸ਼ਤੇਦਾਰ ਵੀ ਪਿੱਛੇ ਹਟ ਗਏ ਹੋਣੇ ਆ, ਜੋ ਤੁਸੀਂ ਇਕੱਠੇ ਕੀਤੇ ਸੀ, ਗ੍ਰਾਈ ਕੀਤੀ ਸੀ, ਉਹ ਸਾਰੇ ਲੱਗ ਗਏ ਆ ਅਤੇ ਹੁਣ ਇਲਾਜ ਕਿੱਥੋਂ ਕਰਵਾਓਗੇ ਹੁਣ? ਤਾਂ ਕਿਉਂ ਡਾਇਲਸਿਸ ਹੁੰਦੇ ਆ, ਡਾਇਲਸਿਸ ਤੁਹਾਡੇ ਹਫ਼ਤੇ 'ਚ 2 ਵਾਰੀ ਤਾਂ ਕਹਿੰਦੇ ਹੁੰਦੇ ਆ ਡਾਇਲਸਿਸ ਤਾਂ? ਹਾਂਜੀ, ਹੁਣ ਤਾਂ ਅਰਦਾਸ ਹੀ ਆ ਮਾਲਕ ਕਰੀ ਕਿ ਆਰਾਮ ਆ ਜੇ, ਅਤੇ ਰਿਸ਼ਤੇਦਾਰ ਵੀ ਪੈਸੇ ਮੰਗਦੇ ਨੇ, ਜਿਨ੍ਹਾਂ ਦੇ ਕੋਲੋਂ ਫੜੇ ਨੇ ਉਹਨਾਂ ਨੂੰ, ਜਿਨ੍ਹਾਂ ਨੇ ਦਿੱਤੇ ਆ ਜੀ ਉਹਨਾਂ ਨੇ ਤਾਂ ਮੰਗਣੇ ਹੀ ਆ, ਤੁਹਾਨੂੰ ਪਤਾ ਹੀ ਆ ਜੀ। ਬਿਲਕੁਲ, ਜਿੰਨਾ ਕੋਲ ਮੰਗੇ ਸੀ ਰਿਸ਼ਤੇਦਾਰਾਂ ਕੋਲ, ਉਹ ਦੁਬਾਰਾ ਪੈਸੇ ਮੰਗ ਰਹੇ ਵੀ ਸਾਡੇ ਪੈਸੇ ਵਾਪਸ ਕਰੋ, ਕਿਉਂਕਿ ਕੋਈ ਕਿੰਨਾ ਕੁ ਚਿਰ ਕਿੰਨੀ ਕੁ ਮਦਦ ਕਰ ਸਕਦਾ, ਰਿਸ਼ਤੇਦਾਰਾਂ ਦੇ ਵੀ ਆਖਰ ਪਰਿਵਾਰ ਨੇ, ਟੱਬਰ ਨੇ, ਅਤੇ ਹਾਲਾਤ ਇਹੋ ਜਿਹੇ ਨੇ ਕਿ ਵੀ ਹੁਣ ਥੋੜ੍ਹੀ ਬਹੁਤੀ ਮਦਦ ਲੋਕ ਕਰ ਸਕਦੇ ਨੇ, ਲੇਕਿਨ ਬਹੁਤੀ ਨਹੀਂ। ਸੋ ਇਸ ਵੀਰ ਨੂੰ ਗੁਹਾਰ ਆ ਸਾਡੇ ਦਾਨੀ ਸੱਜਣਾਂ ਨੂੰ, ਮਿੱਤਰਾਂ ਨੂੰ, ਅਤੇ ਇਹ ਵੇਖਣ ਵਾਲਿਆਂ ਨੂੰ ਕਿ ਸਿਰਫ ਇਲਾਜ ਕਰਾ ਦਿਓ ਤਾਂ ਜੋ ਇਹ ਵੀਰ ਆਪਣੇ ਪੁੱਤ ਦੇ ਨਾਲ ਬਹਿ ਸਕੇ, ਖੜ੍ਹ ਸਕੇ ਅਤੇ ਉਹਦੇ ਨਾਲ ਜ਼ਿੰਦਗੀ ਬਤੀਤ ਕਰਦੇ। ਸੋ ਗੱਲ ਵੀ ਕਰਦੇ ਉਹਨਾਂ ਦੇ ਘਰਵਾਲੀ ਨਾਲ ਕੀ ਕਹਿੰਦੇ ਹਨ ਅਤੇ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ। ਇਹ ਮਨਪ੍ਰੀਤ ਜੀ, ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਮੰਜੇ 'ਤੇ ਲੰਮੇ ਪਿਆ?
ਇਹਨਾਂ ਨੂੰ 5-6 ਮਹੀਨੇ ਹੋ ਗਏ। ਕੀ ਹਾਲਾਤ ਨੇ ਇਸ ਟਾਈਮ ਘਰ ਦੇ, ਕਿਉਂਕਿ ਕਮਾਉਣ ਵਾਲਾ ਮੰਜੇ 'ਤੇ ਪੈ ਗਿਆ ਅਤੇ ਕਮਾਈ ਦਾ ਸਾਧਨ ਕੋਈ ਨਹੀਂ, ਉੱਪਰੋਂ ਪੈਸੇ ਲੱਗ ਰਹੇ ਨੇ। ਹਾਲਾਤ ਤਾਂ ਬਹੁਤ ਮਾੜੇ ਆ ਭਾਅ ਜੀ। ਹਾਲਾਤ ਤਾਂ ਇੱਦਾਂ ਕਿ ਮੈਂ ਦੋਵਾਂ ਘਰਾਂ ਦਾ ਕੰਮ ਕਰਦੀ ਹਾਂ, 3,000 ਰੁਪਇਆ ਮੇਰਾ ਬਣ ਜਾਂਦਾ, ਉਹਦੇ ਵਿੱਚੋਂ ਮੈਨੂੰ ਡਰੈਸਿਸ ਦਾ ਖਰਚਾ ਵੀ ਦੇਣਾ ਪੈਂਦਾ ਆ, ਦਵਾਈਆਂ ਦਾ ਵੀ ਦੇਣਾ ਪੈਂਦਾ ਆ। ਆ ਬੱਚਾ ਪੜ੍ਹਦਾ ਆ ਸਰਕਾਰੀ ਸਕੂਲੇ, ਪੜ੍ਹਨ ਦੇ ਬਾਵਜੂਦ ਵੀ ਇਹਦੇ ਕਾਫੀ ਖਰਚੇ ਆ, ਉਹ ਵੀ ਕੱਢਣੇ ਪੈਂਦੇ ਆ, ਘਰ ਵੀ ਚਲਾਉਣਾ ਪੈਂਦਾ ਆ। ਔਖਾ ਹੋ ਗਿਆ ਆ ਇਹਨਾਂ ਦਾ ਬਹੁਤ। ਕੋਈ ਮਦਦ ਲਈ ਅੱਗੇ ਨਹੀਂ ਆਇਆ ਰਿਸ਼ਤੇਦਾਰਾਂ 'ਚੋਂ ਜਾਂ ਪਿੰਡ ਵਾਲਿਆਂ ਵਿੱਚੋਂ ਕੋਈ ਵੀ ਅਸੀਂ ਕਰਵਾ ਦਿੰਦੇ, ਕੋਈ ਸਮਾਜ ਸੇਵੀ ਕੋਈ ਨਹੀਂ ਆ ਗਿਆ? ਨਹੀਂ ਸਮਾਜ ਸੇਵੀ ਨਹੀਂ ਕੋਈ ਵੀ, ਪਿੰਡ ਵਾਲਿਆਂ ਨੂੰ ਮੈਂ ਗ੍ਰਾਹੀ ਕੀਤੀ, ਉਹ ਤਾਂ ਗ੍ਰਾਹੀ ਕਰ ਕਰਕੇ ਜਦੋਂ ਇਹਨਾਂ ਨੂੰ ਐਡਮਿਟ ਕਰਵਾਇਆ ਉੱਥੇ ਹੀ ਲੱਗ ਗਏ ਸੀਗੇ, ਅਤੇ ਹੁਣ ਥਾਂ ਗਹਿਣੇ ਆ ਘਰ ਵਾਲਾ ਪਾਇਆ ਵਾ, ਇਹ ਵੀ ਲਾ ਕੇ ਮੈਂ ਇੱਥੇ ਹੀ ਲਾ ਦਿੱਤੇ ਹੈਗੇ। 2 ਵਾਰੀ ਮੈਨੂੰ ਕਰਾਉਣਾ ਪਿਆ ਆ ਦਾਖਲਾ ਹਸਪਤਾਲ ਦੇ ਵਿੱਚ, 1-2 ਲੱਖ ਰੁਪਈਆ ਉੱਥੇ ਲੱਗ ਜਾਂਦਾ ਹੈ, ਅਤੇ ਹੁਣ ਤਾਂ ਡਾਇਲਸਿਸ ਹਫ਼ਤੇ 'ਚ 2 ਵਾਰੀ ਹੁੰਦੇ ਆ, 2 ਵਾਰੀ ਖੜਨਾ ਪੈਂਦਾ, ਖੂਨ ਵਾਲੇ ਟੀਕੇ ਵੀ ਲੱਗਦੇ ਆ, ਦਵਾਈ ਵੀ ਆਉਂਦੀ ਆ ਇਹਨਾਂ ਦੀ ਮਹੀਨੇ ਦੀ, 15 ਦਿਨਾਂ ਦੀ, ਮਹੀਨੇ ਦੀ 2,200-2,300 ਦੀ ਦਵਾਈ ਆ, ਡਾਇਲਸਿਸ ਦੇ 2-3,000 ਰੁਪਈਆ ਮੇਰਾ ਲੱਗ ਜਾਂਦਾ। ਤੁਸੀਂ ਜਾਂਦੇ ਹੋ ਘਰ ਦਾ ਕੰਮ ਕਰਦੇ ਹੋ, ਕਿੰਨੇ ਕੁ ਪੈਸੇ ਕਮਾ ਲੈਂਦੇ ਹੋ ਘਰ ਦੇ ਕੰਮ? 1500 ਰੁਪਈਆ ਇੱਕ ਘਰ ਦਿੰਦਾ, ਮੇਰੇ ਕੋਲ ਦੋਵਾਂ ਘਰਾਂ ਦਾ ਹੀ ਕੰਮ ਹੁੰਦਾ, ਕਿਉਂਕਿ ਮੈਂ ਇਹਨਾਂ ਨੂੰ ਵੀ ਵੇਖਣਾ ਆ, ਘਰ ਆ ਛੋਟੀ ਜਿਹੀ ਗੁਡੀਆ ਇਹ ਵੀ ਨਾਲ ਖੜਨੀ ਪੈਂਦੀ ਆ, ਤੁਹਾਨੂੰ ਪਤਾ ਫਿਰ ਡਾਇਲਸਿਸ ਕਰਾਉਣ 2 ਵਾਰੀ ਨਾਲ ਜਾਣਾ ਪੈਂਦਾ ਆ, ਕੰਮ ਵੀ ਕਿੰਨਾ ਕੁ ਕਰ ਲੈਣਾ ਘਰ ਜਦੋਂ ਮਰੀਜ਼, ਤੁਹਾਨੂੂੰ ਪਤਾ ਨਾ। 3,000 ਰੁਪਈਆ ਭੈਣ ਤੁਸੀਂ ਲੈ ਕੇ ਆਉਂਦੇ ਹੋ, ਅਤੇ ਤੁਸੀਂ ਕਹਿ ਰਹੇ ਹੋ ਵੀ ਡਾਇਲਸਿਸ ਦੇ ਪੈਸੇ ਵੀ ਹਫ਼ਤੇ 2 ਵਾਰੀ ਕਰਾਉਣੇ ਪੈਂਦੇ ਆ, 2,500-3,000 ਰੁਪਏ ਉੱਤੇ ਵੀ ਲੱਗ ਜਾਂਦਾ, ਦਵਾਈਆਂ ਦਾ ਖਰਚਾ ਵੀ ਆਉਂਦਾ, ਘਰ ਦਾ ਖਰਚਾ ਵੀ ਹੈਗਾ, ਬੱਚੇ ਵੀ ਸਕੂਲ ਪੜ੍ਹਦੇ ਨੇ। ਹਾਂਜੀ, ਅੱਗੇ ਤਾਂ ਮੈਂ ਗ੍ਰਾਹੀ ਕਰਦੀ ਰਹੀ ਪਿੰਡ ਦੇ ਵਿੱਚ, ਮਾੜਾ ਮੋਟਾ ਫਿਰ ਵੀ ਕਿਤੇ ਨਾ ਕਿਤੇ ਇੱਦਾਂ ਕਰ ਲੈਂਦੀ, ਪਰ ਘੜੀ ਮੁੜੀ ਕੌਣ ਮੰਗਿਆ ਵੀ ਦਿੰਦਾ ਆ, ਅਤੇ ਹੁਣ ਤਾਂ ਜਿਹੜੇ ਰਿਸ਼ਤੇਦਾਰਾਂ ਕੋਲ ਪੈਸੇ ਲਏ ਸੀਗੇ ਉਹ ਵੀ ਵਾਪਸ ਮੰਗਦੇ ਆ, ਅਜੇ ਠੀਕ ਹੋਏ ਨਹੀਂ ਆ, ਮੰਜੀ 'ਤੇ ਪਏ ਆ, ਪਰ ਉਹ ਪੈਸੇ ਮੰਗਦੇ ਆ ਫਿਰ ਵੀ ਵਾਪਸ। ਕਿਤੇ ਨਾ ਕਿਤੇ ਕਿਸਮਤ ਨੂੰ ਤਾਂ ਰੋਂਦੇ ਹੋਵੋਗੇ, ਕੋਸਦੇ ਹੋਵੋਗੇ ਕਿਸਮਤ ਨੂੰ ਵੀ ਰੱਬਾ ਕਿਹੜੇ ਲੇਖ ਲਏ, ਅਤੇ ਗਰੀਬੀ ਤਾਂ ਹੈ ਹੀ ਐਸੀ, ਲੇਕਿਨ ਹੁਣ ਤੂੰ ਬਿਮਾਰੀ ਵੀ ਘਰ ਦੇਤੀ ਹੈ, ਬਿਮਾਰੀ ਵੀ ਐਸੀ ਜਿਹੜੀ ਕਿ ਹੁਣ ਇਲਾਜ ਵੀ ਬਹੁਤ ਮੁਸ਼ਕਲ ਹੁੰਦਾ ਉਹਦਾ। ਕਿਸਮਤ ਨੂੰ ਕੀ ਖੋਸਣਾ ਭਾਅ ਜੀ, ਜੋ ਮੈਂ ਤਾਂ ਕਿੰਨੀ ਮਹਾਰਾਜ, ਬਸ ਠੀਕ ਹੀ ਆ, ਕਿਸਮਤ ਵਧੀਆ ਹੀ ਆ, ਬਸ ਇਹਨੂੰ ਠੀਕ ਕਰਦੇ ਇਹਨਾਂ ਨੂੰ ਕਿਸੇ ਤਰ੍ਹਾਂ, ਅਤੇ ਫਿਰ ਉੱਦਾਂ ਤੋਂ ਉੱਦਾਂ ਹੀ ਹੋ ਜਾਣਾ, ਆਪਣਾ ਕੰਮ ਧੰਦਾ ਕਰਨ, ਅਤੇ ਆੜੇ 2 ਬੱਚੇ ਆਏ ਪਲ ਜਾਣ। ਇਕੱਲੀ ਜਨਾਨੀ ਵਾਸਤੇ, ਔਰਤ ਵਾਸਤੇ ਬਹੁਤ ਔਖਾ ਹੈ ਘਰ ਚਲਾਉਣਾ, ਕਿਉਂਕਿ ਜਦ ਤੱਕ ਬੰਦੇ ਦਾ ਸਾਥ ਨਾ ਹੋਏਗਾ ਘਰ ਚੱਲ ਨਹੀਂ ਸਕਦਾ, ਇਕੱਲੀ ਔਰਤ ਜਿੰਨਾ ਮਰਜ਼ੀ ਕਰ ਲਏ ਲੇਕਿਨ ਘਰ ਚਲਾਉਣਾ ਬੜਾ ਔਖਾ, ਬੱਚਿਆਂ ਦੀ ਪਰਵਰਿਸ਼ ਹੈ, ਦਵਾਈ ਦਾ ਖਰਚਾ ਵੀ ਹੈ, ਡਾਇਲਸਿਸ ਦਾ ਖਰਚਾ ਵੀ ਹੈ। ਹਾਂਜੀ, ਖਰਚਾ ਤਾਂ ਹੈ ਹੀ ਹੈ ਸਾਰਾ, ਚਲਾਉਣਾ ਤਾਂ ਔਖਾ ਹੀ, ਇੱਦਾਂ ਵਿੱਚ ਵਾਰ ਕੇ ਅਤੇ ਬਾਹਰ ਵੀ ਦਿਹਾੜੀ ਦਿਹੁੜੀ ਲਾ ਲੈਂਦੀ ਆ, ਪਰ ਔਖਾ ਹੋ ਜਾਂਦਾ ਆ, 200-300 ਰੁਪਈਆ ਵੀ ਜੇ ਆ ਵੀ ਜਾਊਗਾ ਤਾਂ ਉਹਦਾ ਕਿੰਨਾ ਹੋਊਗਾ। ਸੋ ਭੈਣ ਦੇ ਅਥਰੂ ਦੱਸ ਰਹੇ ਨੇ ਕਿ ਕਿੰਨੀ ਕੁ ਲੋੜ ਹੈ ਉਸ ਭੈਣ ਨੂੰ, ਕਿੰਨੀ ਕੁ ਮਦਦ ਦੀ ਲੋੜ ਹੈ। ਸੋ ਗੁਹਾਰ ਵੀ ਲਗਾ ਰਹੀ ਹੈ, ਅਪੀਲ ਵੀ ਕਰ ਰਹੀ ਹੈ ਸਾਡੇ ਦਰਸ਼ਕਾਂ ਨੂੰ ਕਿ ਸਿਰਫ ਸਾਡੀ ਜਿਹੜਾ ਇਲਾਜ ਆ ਇਸ ਵੀਰ ਦਾ ਉਹ ਇਲਾਜ ਹੋਵੇ, ਅਤੇ ਬਾਕੀ ਤਾਂ ਕੋਈ ਨਹੀਂ, ਵੀਰ ਤਾਂ ਕਮਾਉਣ ਜੋਗਾ ਹੈ ਹੀ, ਦਿਹਾੜੀ ਲਾ ਕੇ ਆਪਣਾ ਗੁਜ਼ਾਰਾ ਤਾਂ ਕਰ ਲੈਂਦਾ, ਸਿਰਫ ਇਲਾਜ ਦੀ ਗੁਹਾਰ ਲਾਈ ਹੈ। ਸੋ ਛੋਟੇ ਛੋਟੇ ਬੱਚੇ ਵੀ ਨੇ, ਛੋਟਾ ਪੁੱਤਰ ਵੀ ਹੈਗਾ, ਉਹਨੂੰ ਵੀ ਪੁੱਛ ਲੈਂਦੇ ਹਾਂ ਵੀ ਕੀ ਗੱਲ ਹੈ। ਹੈਲੋ, ਸਤਿ ਸ਼੍ਰੀ ਅਕਾਲ ਪੁੱਤਰ। ਕੀ ਨਾਂ ਤੇਰਾ? ਨੂਰ। ਨੂਰ, ਡੈਡੀ ਬਿਮਾਰ ਨੇ, ਕੀ ਹੋਇਆ ਡੈਡੀ ਨੂੰ? ਕੀ ਹੋਇਆ ਪੁੱਤਰ ਡੈਡੀ ਨੂੰ, ਕੀ ਹੋਇਆ? ਬਾਬਾ ਜੀ ਅਰਦਾਸ ਕਰਦੇ ਹੋ ਡੈਡੀ ਨੂੰ ਠੀਕ ਹੋਣ ਵਾਸਤੇ? ਕੀ ਬੰਨਾ, ਕੀ ਵੱਡੇ ਹੋ ਗਏ ਪੁੱਤਰ ਨੇ? ਉਸ ਵਾਲਾ ਬੰਨਾ। ਬਾਬਾ ਜੀ ਨੂੰ ਕਿਹਾ ਸੀ ਸਵੇਰੇ ਡੈਡੀ ਠੀਕ ਕਰ ਦੋ ਜੀ? ਬਿਲਕੁਲ, ਛੋਟੇ ਛੋਟੇ ਬੱਚਿਆਂ ਦੇ ਅਥਰੂ ਰੋ ਰੋ ਕੇ ਇਹੀ ਗੁਹਾਰ ਲਗਾ ਰਹੇ ਨੇ ਸਾਡੇ ਦਰਸ਼ਕਾਂ ਨੂੰ, ਉਹ ਰੱਬ ਵਰਗੇ ਸਰੋਤਿਆਂ ਨੂੰ ਜੋ ਕਿ ਸਾਡੇ ਪਹਿਲਾਂ ਵੀ ਜੋ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਮਦਦ ਕੀਤੀ ਹੈ। ਸੋ ਇੱਕ ਵਾਰੀ ਫਿਰ
मदद की गुहार लगा रहे परिवार, क्योंकि जो घर का मुखी है वह मंजे लम्बे पे है। औरत है किन्ना काम कर लेगी, लेकिन जो भी करती है पर पूरी नहीं पैंती, क्योंकि डायलिसिस होंगे ने, दवाइया होंगे, खर्चे बहुत होंगे ने। सो सारा परिवार दुखी है, निके निके बच्चे ने जो कि चाहते ने कि साडा डैडी जां साडा बापू ठीक हो जाए, ता जो पहले वांगू यह छोटा जिहा हसदा खेडदा परिवार बन जाए तो डैडी साडे नाल हसे खेडे। सो असी नंबर भी लवेंगे उस भैन का, ता जो मेरे वीर भरावां ने इस परिवार की मदद करनी हो, इस परिवार की बांह फड़नी हो, पुछना हो, उस नंबर से पुछ सकता है, ता जो इस परिवार का इलाज हो सके, इस मुखी का इलाज हो सके। पैन की नंबर की फोन नंबर दो 82 38 39 5 81 82 38 39 5 81। जी बिल्कुल 82 38 39 5 81 इस परिवार का नंबर है। जिस मेरे वीर भरा ने मदद करनी हो, इस परिवार की जां बांह फड़नी हो, कंटैक्ट जरूर करो, क्योंकि बहुत लोड़ है इस परिवार को। छोटे छोटे बच्चे ने, कमाउण वाल मंजे ते पिया, अते जो भैन है वह घर का काम तो करती है, लेकिन घर के काम ना तुहानूं पता पूरी नहीं पैंदी, ना ही डायलिसिस होंदे, ना ही दवाइयां आउंदियां। सो एक बार फिर गुहार गुहार लगा रहे हैं कि इस वीडियो वध तों वध शेयर करो, तां जो उस वीर तक पहुँचे जो कि इस परिवार की बांस फड़ सके। कैमरा पर्सन बंती नाल जसविंदर बेदी, सक्रोल पंजाब टीवी, गुरदासपुर।